ਅਸਲਾਮ ਵਾਲੇਕੁਮ, ਮੈਂ ਤੁਹਾਡਾ ਦੋਸਤ ਅਖਤਰ ਭੱਟ। ਅੱਜ ਮੈਂ ਇਰਾਦਾ ਮੈਂ ਸ਼ਹਿਰ ਵੰਨਾਂ, ਧੋਬੀ ਹੈ ਤਾਂ ਮੈਂ ਸਿਰ 'ਤੇ ਟੋਪੀ ਪਾ ਲਈ ਹੈ ਤਾਂ ਕਿ ਅੱਜ ਕੱਲ੍ਹ ਗਰਮੀਆਂ ਤੁਹਾਨੂੰ ਪਤਾ ਹੀਟ ਸਟ੍ਰੋਕ ਵੀ ਹੋ ਜਾਂਦਾ, ਗਰਮੀ ਨਾਲ ਸਿਰ ਬਹਿ ਜਾਂਦਾ, ਸਿਰ ਵਿੱਚ ਚੱਕਰ ਆਉਣ ਲੱਗ ਪਾਉਂਦੇ। ਤਾਂ ਹੁਣ ਚਕਵਾਲ ਵਾਲੀ ਸਾਈਡ 'ਤੇ ਮੈਂ ਬਹਿੰਦਾ ਪਿਆ, ਇਰਾਦਾ ਪੈਦਲ ਹੀ ਵੰਨਾਂ ਸਕੂਨ ਨਾਲ। ਇਹ ਵੇਖੋ ਅੱਗੇ ਫਿਰ ਇਸ ਸਾਈਡ 'ਤੇ ਨਾਲੀ ਸਾਡੀ ਬੰਦ ਹੋਈ ਪਈ ਹੈ, ਬਜਾਏ ਹੁਣ ਮੇਰਾ ਇਰਾਦਾ ਹੈ ਬਲਦੀਆਂ ਨੂੰ ਬੁਲਾਉਣ ਤੋਂ ਬਜਾਏ, ਮੈਂ ਆਪ ਹੀ ਨੂੰ 2 ਮਿੰਟ ਵਿੱਚ ਸਾਫ਼ ਕਰ ਲਵਾਂ। ਇਹਦੇ ਨਾਲ ਫਾਇਦਾ ਹੈ ਵੈਸੇ ਕਿ ਇੱਕ ਦਿਹਾੜੀ, 2 ਦਿਹਾੜ ਜਾਂ 4 ਦਿਹਾੜਾਂ ਇੰਤਜ਼ਾਰ ਕਰਨ ਦੀ ਬਜਾਏ ਇਹ ਨਾਲੀ ਸਾਫ਼ ਹੋ ਗਿਆ ਸੀ। ਸੋਹਣੀ ਨਜ਼ਰ ਆਉਂਦੀ ਪਈ ਸੀ ਨਾਲੀ। ਹੁਣ ਮੈਂ ਡੂੰਹ ਸਾਂ ਇੱਥੋਂ ਕੋਈ ਸੋਟੀ ਬਜਾਏ ਘਰ ਵੰਨਾਂ, ਘਰੋਂ ਕੋਈ ਸ਼ਹਿਰ ਲੈ ਆਵਾਂ, ਇੱਥੇ ਵੇਖਦੇ ਹਾਂ ਕੋਈ ਸੋਟੀ ਹੈ, ਲੱਭ ਤਾਂ ਗਈ ਹੈ ਇੱਕੋ, ਪਤਾ ਨਹੀਂ ਹੈ ਸਹੀ ਹੈ ਜਾਂ ਨਹੀਂ ਹੈ, ਸੋਟੀ ਚਾਹੀਏ। ਹੁਣ ਤੁਹਾਨੂੰ ਮੈਂ ਵਿਖਾ ਸਾਂ ਕਿ ਕਿੰਨੀ ਦੇਰ ਵਿੱਚ ਨਾਲੀ ਸਾਫ਼ ਬੰਦਾ ਕਰ ਸਕਦਾ ਹੀ ਹੈ, ਨਾਲੀ ਸਾਫ਼ ਕਰਨ ਕਿੰਨੀ ਦੇਰ ਵਿੱਚ ਬੰਦਾ ਕਰ ਸਕਦਾ ਅਗਰ ਕੋਸ਼ਿਸ਼ ਕਰੇ ਤਾਂ। ਬਹੁਤ ਜ਼ਿਆਦਾ ਹੋਇਆ ਤਾਂ 4 ਮਿੰਟ ਲੱਗਦਾ ਸਨ, 3 ਮਿੰਟ, 2 ਮਿੰਟ, 1 ਮਿੰਟ ਜਾਂ 4 ਮਿੰਟ ਲੱਗਦਾ, ਬਹੁਤ ਜ਼ਿਆਦਾ ਹੋਇਆ ਤਾਂ ਨਹੀਂ। ਇਹ ਸੋਟੀ ਕੰਮ ਦੀ ਕੋਈ ਨਹੀਂ, ਇਹ ਸੋਟੀ ਜਿਹੜੀ ਹੈ ਨਾ ਨਾਕਾਰ ਹੈ, ਇਹਨੂੰ ਸੁੱਟਦੇ ਹਾਂ ਤਾਂ ਦੂਜੀ ਕੋਈ ਵੇਖਦੇ ਹਾਂ ਸੋਟੀ ਕੋਈ ਐ ਪੀੜੀ ਜਿਹੀ ਨਹੀਂ। ਇਹ ਵੀ ਨਰਮ ਹੈ, ਸੋਟੀ ਲੱਭਣ ਦਾ ਬਹੁਤ ਹੋਈ ਹੈ, ਮੈਂ ਸੋਟੀ ਲੱਭਦਾ ਪਿਆ, ਚੰਗੀ ਜਿਹੀ ਸੋਟੀ ਮਿਲਿਆ ਨਾ ਜਿਹਦੇ ਨਾਲ ਮੈਂ ਨਿਜ਼ਾਮ ਚੱਲ ਪੈਂਦਾ, ਸਫਾਈ ਹੋ ਮੈਂ। ਇੱਕ ਸੋਟੀ ਲੱਭੀ ਤਾਂ ਹੀ ਹੈ ਜਿਹਨੂੰ ਮੈਂ ਬਣਾਉਂਦਾ ਪਿਆ, ਅਗਰ ਕਈ ਸੋਟੀਆਂ ਬਹੁਤ ਕੋਝੀਆਂ ਆਉਂਦੀਆਂ ਜਿਹੜੀਆਂ ਟੁੱਟਦੀਆਂ ਨੇ, ਬਹੁਤ ਕੋਝੀਆਂ ਆਉਂਦੀਆਂ ਜਿਹੜੀਆਂ ਟੁੱਟਦੀਆਂ ਨੇ। ਬਣੀ ਤਾਂ ਗਈ ਹੈ, ਮੈਂ ਹੁਣ ਨਾਲੀ ਨੂੰ ਸਾਫ਼ ਕਰਦਾ ਹੀ ਹਾਂ, ਬਜਾਏ ਬਲਦੀ ਵਾਲੇ ਦਾ ਇੰਤਜ਼ਾਰ ਕਰਾਂ, ਉਹਨੂੰ ਫੋਨ ਕਰਾਂ, ਉਹਦਾ ਦਿਹਾੜਿਆਂ ਬਾਅਦ ਆਵਣ, ਆਪ ਹੀ ਥੋੜ੍ਹਾ ਕਰਕੇ 2-4 ਮਿੰਟ ਲਾਵਾਂ ਸੁੱਟਿਆ। ਇਹ ਵੇਖੋ ਜੀ, ਇਹ ਹੁਣੇ ਤੁਹਾਨੂੰ ਵਿਖੇ, ਇਹ ਹੁਣ ਨਾਲੀ ਫੁੱਲ ਹੈ ਨਾ, ਇਹ ਵੇਖੀ ਨੇ ਨਾਲੀ ਫੁੱਲ ਹੈ, ਇਹ ਬਾਹਰ ਪਾਣੀ ਨਿਕਲਦਾ ਪਿਆ ਰੋਡ ਤਾਂ ਆ ਕੇ, ਜਿਹਦੀ ਵਜ੍ਹਾ ਤੋਂ ਰੋਡ ਟੁੱਟ ਗਿਆ ਸੀ। ਰੋਡ ਵੀ ਸਾਡੇ ਪੈਸਿਆਂ ਨਾਲ ਬਣਿਆ ਹੋਇਆ, ਅਸੀਂ ਜਿਹੜਾ ਟੈਕਸ ਦਿੰਦੇ ਹਾਂ, ਇਹ ਬਿਜਲੀ ਦਾ ਟੈਕਸ ਆ ਗਿਆ, ਉਹਦੇ ਵਿੱਚ ਕੋਈ ਟੈਕਸ ਲੱਗਦੇ ਹਨ, ਮਾਚਿਸ 'ਤੇ ਟੈਕਸ ਲੱਗਦੇ ਹਨ, ਗੈਸ 'ਤੇ, ਚੀਨੀ, ਘਿਓ, ਹਰ ਸ਼ਹਿ 'ਤੇ ਟੈਕਸ ਲੱਗਦੇ ਹਨ। ਯਕੀਨ ਮੰਨੋ ਕਿ ਅਸੀਂ ਇਹ 2-4 ਮਿੰਟ ਸਿਰਫ ਦਿੱਤਾ ਰੱਖੀਏ ਨਾ, ਆਪਣੇ ਘਰ ਦੇ ਬਾਹਰ ਜਿਹੜੀਆਂ ਨਾਲੀਆਂ ਬਣੀਆਂ ਹੋਈਆਂ ਹਨ, ਘਰ ਨੂੰ ਤਾਂ ਸਫਾਈ ਰੱਖਦੇ ਹਾਂ, ਅਗਰ ਘਰ ਦੇ ਬਾਹਰ ਵੀ ਸਫਾਈ ਕਰਨ ਲੱਗ ਪਈਏ ਨਾ, ਸਾਨੂੰ ਬਲਦੀਆ ਦੀ ਮਿਊਂਸਪਲ ਕਮੇਟੀ ਵਾਲਿਆਂ ਦੀ ਵੀ ਮਦਦ ਕਰ ਸਕਦੇ ਹਾਂ ਅਸੀਂ ਉਹਨਾਂ ਦੀ। ਬਹੁਤ ਮਸਲਾ ਹੋਵੇ ਨਾ ਫਿਰ ਤਾਂ ਚਲੋ ਸੱਜ ਲੈਵੇ ਬੰਦਾ, ਬਹੁਤ ਜ਼ਿਆਦਾ ਬੰਦ ਹੋਵੇ, ਉਹ ਥੋੜ੍ਹਾ ਬਹੁਤਾ ਬੰਦ ਹੋਵੇ ਬੰਦਾ ਖੁਦ ਕਰ ਲੈਂਦਾ, ਕੁਝ ਨਹੀਂ ਆਉਂਦਾ, ਸਾਡੀ ਇੱਜ਼ਤ ਵਿੱਚ ਹਰਫ ਨਹੀਂ ਆਉਂਦਾ, ਬਲਕਿ ਅੱਲਾਹ ਰਾਜ਼ੀ ਹੋ ਜਾਂਦਾ, ਅੱਲਾਹ ਖੁਸ਼ ਹੋ ਜਾਂਦਾ, ਸਵਾਬ ਹੈ, ਵਾਅਦੇ ਨਹੀਂ ਸਫਾਈ ਨਿਸਫ ਇਮਾਨ ਹੈ, ਸਵਾਬ ਹੈ। ਵੇਖੋ, ਔਰ ਵਾਕਈ ਅਸੀਂ ਪਹਿਲੇ ਨਖਰਿਆ ਲਿਆਏ ਬਈ ਨਹੀਂ ਨਹੀਂ ਯਾਰ ਸਾਡੀ ਹੱਦ ਤੱਕ ਹੋ ਗਿਆ ਸੀ, ਅਸੀਂ ਸਫਾਈ ਕੀਤੀ, ਹਾਲਾਂਕਿ ਕੋਈ ਹੱਦ ਤੱਕ ਨਹੀਂ ਆਉਂਦੀ। ਯਕੀਨ ਮੰਨੋ ਕਿ ਅੱਲਾਹ ਵੀ ਰਾਜ਼ੀ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵੀ ਰਾਜ਼ੀ,
ਤਾਂ ਸਾਡੇ ਘਰ ਤੋਂ ਬਾਹਰ ਸਫਾਈ ਦਾ ਨਿਜ਼ਾਮ ਵੀ ਸਹੀ ਜ਼ਬਰਦਸਤ ਹੋ ਗਿਆ। ਗੁਜ਼ਰਦੇ ਪੈਂਦਾ ਗੁਜ਼ਰਨ ਦਿਓ, ਕੀ ਆਖਿਆ ਸਨ, ਆਪਣੇ ਘਰ ਦੇ ਬਾਹਰ ਹੀ ਆਪਣੀ ਸਫਾਈ ਕਰਦੇ ਪੈਂਦਾ ਘਰ ਦੀ। ਅੱਲਾ ਦੇ ਬੰਦਿਓ, ਇਹ ਥੋੜ੍ਹੀ ਜਿਹੀ ਮਿਹਨਤ ਕਰਨੀ ਚਾਹੀਦੀ ਹੈ। ਇਹ ਸਾਡਾ ਬੱਲਾ ਹੋ ਗਿਆ ਸੀ, ਸਾਡੇ ਘਰ ਦੇ ਬਾਹਰ ਲੋਕ ਆਖ ਸਨ ਜੀ ਸਹੀ ਯਾਰ, ਇਹਨਾਂ ਨੇ ਨਾ ਸਫਾਈ ਕਰਾਈ ਹੋਈ ਹੈ, ਕੋਈ ਚੰਗੇ ਲੋਕ ਆਇਆ। ਉਹ ਨਿਕਲ ਹੋਏ, ਉਹ ਨਿਕਲ ਹੋਏ, ਤੂੰ ਵੀ ਨਿਕਲ ਆ। ਅਸਲ ਹੈ ਜਿਹੜਾ ਪਲਾਸਟਿਕ ਵਾਲੇ ਛਾਪੁਰ ਨਾ, ਇਹ ਨਾਲ ਹੀ ਬੰਦ ਕਰਦੇ। ਇਹ ਬੜਾ ਔਖਾ, ਇਹ ਨਿਕਲ ਆਇਆ, ਨਿਕਲ ਆਇਆ। ਇਹ ਹੁਣ ਵੇਖੋ, ਇਹ ਕਿੰਝ ਪਾਣੀ ਮਹਿੰਦਾ ਪਿਆ। ਹੁਣ ਵੇਖੋ ਪਾਣੀ ਨੁਸਦਾ ਵਹਿੰਦਾ ਪਿਆ, ਨੁਸਦਾ। ਲੱਗਿਆ ਕਿੰਨਾ ਟਾਈਮ ਹੈ ਮੈਨੂੰ, ਟੋਟਲ ਇੱਕ ਤੋਂ ਦੋ ਮਿੰਟ ਜਾਂ ਤਰੇ ਮਿੰਟ ਲੱਗ ਗਏ ਉਸ ਮੇਰੇ ਘਰ ਦੇ ਬਾਹਰ ਨਾਲੀ ਸਹੀ ਹੋ ਗਈ, ਨਿਕਾਸੀ ਸਹੀ ਹੋ ਗਈ ਹੈ, ਪਾਣੀ ਦਾ ਜਿਹੜਾ ਹੀ ਹੈ ਨਿਕਾਲ ਉਹ ਸਹੀ ਹੋ ਗਿਆ। ਹੁਣ ਵੇਖੋ ਵੇਖੋ ਇਹ ਵੇਖੋ, ਪਹਿਲੇ ਕਿੰਨਾ ਗੰਦਾ ਆਇਆ ਪਾਣੀ, ਸੜਕ 'ਤੇ ਆਉਂਦਾ ਪਿਆ। ਹੁਣ ਵੇਖੋ ਅੱਲਾ ਦਾ ਸ਼ੁਕਰ ਹੈ, ਬਿਲਕੁਲ ਜ਼ਬਰਦਸਤ ਹੋ ਗਿਆ। ਇੰਝ ਹੀ ਮੈਂ ਆਪਣੇ ਵੀਰਾਂ ਨੂੰ ਰਿਕੁਐਸਟ ਕਰਦਾ ਕਿ ਆਪਣੇ ਘਰ ਦੇ ਬਾਹਰ ਨਿਕਲਦੇ ਹੋਇਆਂ ਆਪਣੀ ਨਾਲੀ ਨੂੰ ਵੇਖ ਲਿਆ ਕਰੋ, ਕੋਈ ਸਵਾੜਾ ਦੋ ਮਿੰਟ, ਟੋਟਲ ਦੋ ਮਿੰਟ ਲੱਗ ਸੀ ਸਵਾੜਾ ਕੰਮ ਹੋ ਗਿਆ ਸੀ, ਸਾਡੀ ਨਾਲੀ ਦਾ ਜਿਹੜਾ ਪਾਣੀ ਹੈ ਉਹ ਗੁਜ਼ਰਨ ਲੱਗ ਪਿਆ ਸੀ। ਸਾਨੂੰ ਘਰ ਵਾਲਿਆਂ ਨੂੰ ਵੀ ਤਕਲੀਫ ਨਾ ਹੋ ਸੀ, ਮੁਹੱਲੇ ਵਾਲਿਆਂ ਨੂੰ ਵੀ ਤਕਲੀਫ ਨਾ ਹੋ ਸੀ, ਕਿਸੇ ਨੂੰ ਤਕਲੀਫ ਨਾ ਹੋ ਸੀ। ਯਕੀਨ ਮੰਨੋ ਕੋਈ ਟਾਈਮ ਨਹੀਂ ਲੱਗਦਾ, ਕਿਸੇ ਕਿਸਮ ਦਾ ਕੋਈ ਮਸਲਾ ਮਸਾਇਲ ਨਹੀਂ ਆਉਂਦਾ, ਉਹ ਦਸਤੀ ਕੰਮ ਹੋ ਗਏ ਨੇ ਸਵਾਦੇ ਦਸਤੀ। ਤੇ ਇਹ ਕੀ ਹੋ ਗਿਆ, ਮੈਂ ਦੋ ਮਿੰਟ ਲੇਟ ਹੋ ਗਿਆ ਸ਼ਹਿਰ ਵਹਿਣ ਤੋਂ, ਕੁਝ ਨਹੀਂ ਆਉਂਦਾ। ਹਾਂ ਓਕੇ, ਅੱਲਾ ਹਾਫਿਜ਼।